अज इनू डिमांड कर दिया ते चैलेंज कर दिया झूठ दा महाराज स्तौज दा घसीटांगे जिवें अमरिंदर सिंह नू घसीटा सी जां छोटे झूठे केस बनाए सी किसानां दे उत्ते परचा नजायज़ है। मैं किसान भरावां नू अपील करदी हां कि तुसी ओ प्रशासन बेचारा ओ तां आप मजबूर है जिहड़ा मुख्यमंत्री उहनां दे उत्ते दबाव पा रिहा हैगा ਉਹ ਆਪ ਦੀ ਨੌਕਰੀ ਕਰਕੇ ਉਹ ਤੁਹਾਡੇ ਕੋਲ ਪਹੁੰਚਦੇ ਤੁਸੀਂ ਇਹੋ ਜਿਹੀ ਚੀਜ਼ਾਂ ਉਹਨਾਂ ਤੋਂ ਨਾ ਕਰਵਾਓ ਜਿਹੜਾ ਜ਼ਿੰਮੇਵਾਰ ਹੈ ਉਹ ਮੁੱਖ ਮੰਤਰੀ ਨੂੰ ਘੇਰੋ ਤੇ ਉਹਨਾਂ ਦੇ ਬਾਨਵਿਆਂ ਨੂੰ ਘੇਰੋ ਸ਼ਬਦਾਵਲੀ ਯੂਜ਼ ਕੀਤੀ ਹੈ ਤਾਂ ਉਸ ਨੂੰ ਲੈ ਕੇ ਸੁਖਬੀਰ ਜੀ ਨੇ ਕਿਹਾ ਕਿ ਮੈਂ ਡਿਫਾਮੇਸ਼ਨ ਨਾਲ ਉਹਨਾਂ ਦਾ ਕੇਸ ਕਰਾਂਗਾ ਬਿਲਕੁਲ ਕਰਾਂਗੇ 10 ਦਿਨ ਦਾ ਸਮਾਂ ਦਿੱਤਾ ਹੈ ਜੀ ਮੈਂ ਅੱਜ ਇਹਨੂੰ ਡਿਮਾਂਡ ਕਰਦੀ ਹਾਂ ਤੇ ਚੈਲੰਜ ਕਰਦੀਆਂ ਝੂਠ ਦਾ ਮਹਾਰਾਜ ਸਤੌਜ ਦਾ ਜੇ ਤੇਰੇ ਕੋਲ ਕੋਈ ਵੀ ਸਬੂਤ ਹੈਗਾ ਕਿ ਬਾਦਲ ਸਾਹਿਬ ਨੇ ਜੇਲ੍ਹ 'ਚ ਬੈਠ ਕੇ ਚਿੱਠੀ ਲਿਖੀ ਕਿ ਇਸ ਵਾਇਲ ਬਣਾ ਚਿੱਠੀ ਪੇਸ਼ ਕਰ ਜੇ ਪੇਸ਼ ਨਹੀਂ ਕਰੋਗਾ ਤਾਂ ਕੋਰਟ 'ਚ ਘਸੀਟਾਂਗੇ ਜਿਵੇਂ ਅਮਰਿੰਦਰ ਸਿੰਘ ਨੂੰ ਘਸੀਟਾ ਸੀ ਜਾਂ ਛੋਟੇ ਝੂਠੇ ਕੇਸ ਬਣਾਏ ਸੀ ਉਹਨੂੰ ਤਾਂ ਬਾਦਲ ਸਾਹਿਬ ਨੇ ਛੱਡਤਾ ਅੱਜ ਬਾਦਲ ਸਾਹਿਬ ਤੈਨੂੰ ਛੱਡਣ ਵਾਲੇ ਇਹ ਵਾਲੇ ਬਾਦਲ ਸਾਹਿਬ ਵੀ ਛੱਡਣਗੇ ਉੱਥੇ ਪਹੁੰਚਾਣਗੇ ਜਿੱਥੇ ਪੰਜਾਬ ਦੀ ਜਨਤਾ ਦੇ ਬੀਬੀ ਕਿਸਾਨਾਂ ਦੇ ਪਰਚਾ ਜਾਇਜ਼ ਹੋਏਗਾ ਨਜਾਇਜ਼ ਹੋਏਗਾ ਤੁਹਾਡਾ ਤੁਹਾਡਾ ਕਿਸਾਨਾਂ ਦੇ ਉੱਤੇ ਪਰਚਾ ਨਜਾਇਜ਼ ਹੈ। ਮੈਂ ਕਿਸਾਨ ਭਰਾਵਾਂ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਉਹ ਪ੍ਰਸ਼ਾਸਨ ਵਿਚਾਰਾ ਉਹ ਤਾਂ ਆਪ ਮਜਬੂਰ ਹੈ ਜਿਹੜਾ ਮੁੱਖ ਮੰਤਰੀ ਉਹਨਾਂ ਦੇ ਉੱਤੇ ਦਬਾਅ ਪਾ ਰਿਹਾ ਹੈਗਾ ਉਹ ਆਪ ਦੀ ਨੌਕਰੀ ਕਰਕੇ ਉਹ ਤੁਹਾਡੇ ਕੋਲ ਪਹੁੰਚਦੇ ਤੁਸੀਂ ਇਹੋ ਜਿਹੀ ਚੀਜ਼ਾਂ ਉਹਨਾਂ ਤੋਂ ਨਾ ਕਰਵਾਓ ਜਿਹੜਾ ਜ਼ਿੰਮੇਵਾਰ ਹੈ ਉਹ ਮੁੱਖ ਮੰਤਰੀ ਨੂੰ ਘੇਰੋ ਤੇ ਉਹਨਾਂ ਦੇ ਬਾਨਵਿਆਂ ਨੂੰ ਘੇਰੋ ਜਿਹੜਾ ਇਹ ਹਾਲਾਤ ਪੈਦਾ ਕਰ ਭਾਈ ਤੁਹਾਡੇ ਡਿਪਾਰਟਮੈਂਟ ਦੀ ਫੂਡ ਪ੍ਰੋਸੈਸਿੰਗ ਅੱਜ 1225 ਕਰੋੜ ਦੀ ਇਨਵੈਸਟਮੈਂਟ ਗਵਰਨਮੈਂਟ ਕਰੀ ਆਈ ਹੈ ਉਹਦੇ ਵਿੱਚ ਇਨਵੈਸਟਮੈਂਟ ਤੋਂ ਕਹਿੰਦਾ ਸੀ BMW ਦੀ ਵੀ ਆਈ ਹੈ ਤੇ ਉਹ ਇਨਵੈਸਟਮੈਂਟ ਦਾ ਲਿਸਟ ਦੇ ਦੇ ਕਿਹੜੀ ਕਿੱਥੇ ਆਈ ਹੈ। ਹਾਂ ਜਿਹੜੇ ਪ੍ਰੋਜੈਕਟ ਮੈਂ ਲੈ ਕੇ ਆਈ ਸੀ ਲਾਡੋਵਾਲ ਮੈਗਾ ਫੂਡ ਪਾਰਕ 'ਚ ਜਿਹੜੇ ਮੈਂ ਲਏ ਉਹ ਜ਼ਰੂਰ ਆਏ ਨੇ ਇਸ ਤੋਂ ਇਲਾਵਾ ਜੇ ਕੋਈ ਆਈ ਹੈ ਤਾਂ ਜ਼ਰੂਰ ਲੋਕੇਸ਼ਨ ਤੇ ਕੰਪਨੀ ਦਾ ਨਾਮ ਦੱਸਣ ਤਾਂ ਕਿ ਆਪਾਂ BMW ਦੀ ਤਰ੍ਹਾਂ ਜਾ ਕੇ ਚੈੱਕ ਕਰ ਲਈਏ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।